ਇਹਨਾਂ ਨੇ ਵਾਲਦਾ ਰੋਈ ਸਕਣਾ, ਇਹਨਾਂ ਨੇ ਬਜ਼ੁਰਗ ਇੱਥੇ ਆਏ ਰਹੇ ਹੋਏ ਸਨ, ਬੇਹੋ ਸਨ, ਬੱਸੇ ਹੋ ਸਨ, ਵੇਲੀਆਂ ਗਹਿਮਾਂ ਗਹਿਮਾਂ ਕਰਨੀਆਂ ਸਨ। ਕਿ ਮਕਾਨ ਨੇ ਇੱਕ ਭਈਏ ਨੇ ਅਤੇ ਦੂਸਰੇ ਪਰ ਇਹ ਮਕਾਨ ਨੇ ਇੱਕ ਭਰਾ ਨੇ। ਯੂਕੇ ਲਈ ਨਾ ਅੱਛਾ ਨਾ ਕੁਵਾਲੀ ਵਾਰਸ ਪੋਇਆ ਨਾਲ ਹੀ ਭਰਿਆ ਵਾ ਮਾਮਲਾ ਇੱਧਰ ਵੀ। ਤੁਸੀਂ ਕਿਚਨ ਜੀ ਉਹ ਭੱਜੀ ਗਈ ਨੇ ਸਾਰੀ। ਔਜ਼ ਬਿਲਾ ਇਮਨ ਸ਼ੈਤਾਨ ਰਜੀਮ ਬਿਸਮਿਲਲਾਹ ਰਹਿਮਾਨ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਉਮੀਦ ਆ ਸਾਰੇ ਭੈਣ ਭਰਾ ਠੀਕ ਠਾਕ ਹੋ ਸਨ, ਅੱਲਾਹ ਤਾਲੇ ਨੇ ਹਿਫਜ਼ ਹੋਈ ਮਾਨ ਹੀ ਚੋ ਸਨ। ਭੈਣਾਂ ਤੋਂ ਭਰਾਓ ਅੱਜ ਮੌਜੂਦ ਹਾਂ ਸਮਲੋਠਾ ਅਤੇ ਤੁਸਾਂ ਕੀ ਦੱਸਣਾ ਯੂਕੇ ਲਈ ਦੋ ਭਈਆਂ ਨੇ ਮਕਾਨ ਬੜੇ ਹਸਤਾਲ ਮਕਾਨ ਨੇ ਉਹ ਵੀ ਤੁਸਾਂ ਕੀ ਦੱਸਾਂ ਆ। ਤਾਂ ਬਿਲਕੁਲ ਭੈਣਾਂ ਭਰਾਓ ਇਸ ਟਾਈਮ ਮੌਜੂਦ ਹਾਂ ਸਮਲੋਠਾ ਬਾਜ਼ਾਰ ਕੋਲ। ਬਿਲਕੁਲ ਇਹ ਹੈ ਤੁਸਾਂ ਚੈੱਕ ਕਰੀ ਸਕਦੇ ਹੋ, ਸੂਰਜ ਵੀ ਲੱਗਣਾ ਆ ਨਾਲ ਹੀ ਦਰੀ ਪੁਰਾਣੀ ਜੀ ਕੋਈ ਬਿਲਡਿੰਗ ਹੈ ਆ। ਇਹ ਸਮਲੋਠਾ ਬਾਜ਼ਾਰ ਹੈ, ਇਹ ਇਸਨੇ ਸਾਹਮਣੇ ਇਹ ਸਾਹਮਣੇ ਬਾਹਰ ਮਕਾਨ ਨੇ ਦੋ ਭਈਆਂ ਨੇ, ਇੱਕ ਭਾਈ ਨੇ ਇੱਧਰ ਮਕਾਨ ਹੈ, ਦੂਏ ਭਾਈ ਨੇ ਇੱਧਰ ਮਕਾਨ ਹੈ। ਇੱਕ ਇੱਧਰ ਦਰਵਾਜ਼ਾ ਸ਼ਾਹ ਲੱਗਿਆ ਤਾਂ ਦੂਏ ਨੂੰ ਵੀ ਇੱਧਰ ਕੋਠੀ ਵਾਲੇ ਏਰੀਏ 'ਚ ਵੀ ਲੱਗਿਆ। ਅਤੇ ਭੈਣਾਂ ਭਰਾਓ ਜੁੱਸਾਂ ਤੁਸਾਂ ਕੀ ਦੱਸਾਂ ਆ, ਆਉਣੇ ਅੰਦਰੂ ਤਾਂ ਬੜੀ ਮਾਮਲਾ ਤਾਂ ਇਤਨੇ ਖਰਾਬ ਹੈ ਨਾ ਤੁਸਾਂ ਸੋਚ ਹੀ ਨਾ ਸਕਣੇ। ਅਤੇ ਚਲੋ ਜੁਲੇ ਹੁਣ ਤੱਕਣੇ ਅੰਦਰ ਕਿਆ ਮਾਮਲਾ ਤੇ ਅੰਦਰ ਨੇ, ਜਿਸ ਤਰੀਕੇ ਮੈਂ ਸੁਣਿਆ ਨਾ ਉਹ ਤਾਂ ਆਉਣੇ ਪਏ ਸਰੂਟ ਸਰ ਗਿਆ ਵਾ, ਤਾਂ ਇੱਥੋਂ ਹੀ ਪਤਾ ਚੱਲਾਂ ਕਿ ਸਰੂਟ ਸ਼ਰੂਟ ਤਾਂ ਦੂਆ ਤਰੀ ਹਰ ਚੀਜ਼ ਬੜੀ ਮਾੜੀ ਹਾਲਤ ਹੈ। ਅਤੇ ਜੁੱਸਾਂ ਹੁਣ ਭੈਣਾਂ ਭਰਾਓ ਚੰਗੀ ਦੱਸਣੇ ਆ ਕਿ ਕਿਆ ਸੂਰਤ ਹਾਲ ਹੈ ਮਕਾਨ ਹੀ ਵਾਕਈ ਠੀਕ ਹੈ, ਰਹਿਣੇ ਨੇ ਕਾਬੂ ਲੈਣ ਜਾਂ ਕੋ ਨਹੀਂ ਜਾਂ ਕਿਸ ਤਰੀਕੇ ਨਾਲ ਹੈ। ਤਾਂ ਇਹ ਦੋ ਭਰਾਈ ਦੋ ਭਈਆਂ ਨੇ ਸਨ ਅਤੇ ਦੋਵੇਂ ਭਈਏ ਗਏ ਇੰਗਲੈਂਡ ਆਉਣੇ ਤਾਂ ਮੁੜੀ ਵਾਪਸ ਨਹੀਂ ਮੁੜੇ। ਜੁਲਿਆਂ ਹੁਣ ਤੱਕਣੇ ਆ ਕਿਆ ਸੂਰਤ ਹਾਲ ਹੈ, ਇਹ ਇੱਥੋਂ ਜੁਲਿਆਂ ਭੈਣਾਂ ਭਰਾਓ ਅੰਦਰ ਚੰਗੀ ਦੱਸਣੇ ਆ ਅੰਦਰ ਨਹੀਂ ਸੂਰਤ ਹਾਲ। ਸਭ ਤੋਂ ਪਹਿਲਾਂ ਇਹ ਜ਼ਰਾ ਇੱਧਰ ਚੱਕ ਕਰੀ ਕੌਣ ਹੈ, ਇਹ ਬੜੇ ਨਹੀਂ ਸੂਰਤ ਹਾਲ ਹੈ, ਅੱਗੇ ਨਾਲ ਮਕਾਨ ਹੈ ਉਹ ਵੀ ਚੰਗੀ ਦੱਸਾਂ ਆ। ਦੋ ਪੁਰਾਣੇ ਮਕਾਨ ਹੈ, ਇਤਨੀ ਮਾੜੀ ਕੰਡੀਸ਼ਨ ਬਿਹੜੇ ਨੇ, ਇਹਨਾਂ ਬਿਹੜਿਆਂ 'ਚ ਲੱਗਣੇ ਹੋਏ ਸਨ ਗਾਰੇ। ਤਾਂ ਯੂਕੇ ਪਾਰਟੀ ਜਦੋਂ ਕਹੀ ਆ ਮੁੜੀ ਵਾਪਸ ਮੁੜੀ ਨਹੀਂ ਹੈ। ਹਾਲਤ ਸੁਣ ਕਿਉਂ ਦੱਸਣੀ ਅੰਦਰ ਨਹੀਂ, ਇਹ ਬਿਹੜੇ ਨਹੀਂ ਹਾਲਤ ਨਹੀਂ ਜੀ ਭੈਣਾਂ ਭਰਾਓ। ਅਤੇ ਨਾਲੋ ਨਾਲ ਮੈਨੂੰ ਪਤਾ ਨਹੀਂ ਬੂਟੇ ਕਿਸ ਚੀਜ਼ ਨੇ ਲਗੇ ਗਏ, ਇਨਕੀ ਖੁਦ ਨਹੀਂ ਬਤਾਏ ਕਿਆ ਚੀਜ਼ ਹੈ। ਅਗਰ ਕਿਸੇ ਭੈਣੋਂ ਭਰਾਓ ਕੀ ਬਤਾਇਆ ਤਾਂ ਮਿਕੀ ਵੀ ਦੱਸੀ ਵੀੜਿਆ ਇੱਕ ਬਲਾ ਹੈ, ਵੈਸੇ ਖੂਬਸੂਰਤੀ ਹੈ ਜਾਂ ਹੋਰ ਕੋਈ ਕੰਮੇ ਨੇ ਬੂਟੇ ਤੁਹਾਨੂੰ ਪਤਾ ਇੱਥੋਂ ਕੀ ਦੱਸਣੇ ਆ। ਇੱਕ ਇਹ ਭਰਾਓ ਇੱਕ ਇਹ ਮਕਾਨ ਨੇ ਇੱਕ ਭਈਏ ਨੇ ਅਤੇ ਦੂਸਰੇ ਪਰ ਇਹ ਮਕਾਨ ਨੇ ਇੱਕ ਭਰਾ ਨੇ। ਤਾਂ ਇੱਥੋਂ ਜੁਲੇ ਹੁਣ ਗੰਧ ਬਲਾ ਬੜਾ ਪਿਆ ਵਾ, ਗੰਧ ਤਾਂ ਬੂਮ ਪਿਆ ਵਾ। ਇੱਧਰ ਚੱਕਰੀ ਕਰੋ ਉੱਧਰ ਵੀ ਜੁੱਸਾਂ ਸਭ ਤੋਂ ਪਹਿਲਾਂ ਅਤੇ ਹੁਣ ਇਹ ਤਾਂ ਕੋਲ ਇਤਨੇ ਇਤਨੇ ਸਰੂਟ ਬੱਧੀ ਬੱਧੀ ਕਿੱਥੇ ਜਾਣਗੇ ਇੱਥੇ। ਇੱਥੇ ਅੰਦਰ ਕੋਈ ਹੋਰ ਰੱਖਣਾ ਹੈ ਚੱਲੀਏ ਤਾਂ ਅੰਦਰੋਂ
ਇੱਥੇ ਨਹੀਂ ਥੋੜ੍ਹੀ ਦੇ ਆਲਸਾ ਚੈੱਕ ਕਰੀ ਕਹਿਣਾ ਇਹ ਮਕਾਨ ਨੇ ਯੂਕੇ ਲਿਆਉਣਾ ਪਰ ਇਹ ਭਰਿਆ ਆਉਣਾ ਪੋਇਆ ਨਾਲੇ ਸਮਝੀ ਗਿਓ ਯੂਕੇ ਲਈ ਨਾ ਅੱਛਣ ਨਾ ਕੁਵਾਲੀ ਵਾਇਰਸ ਤਾਂ ਫਿਰ ਪੋਇਆ ਨਾਲੀ ਭਰਿਆ ਵਾ ਮਾਮਲਾ ਇੱਧਰ ਵੀ ਅਲਮਾਰਤਾਂ ਤੱਕ ਪੋ ਭਰਿਆ ਵਾ ਭਰਾਓ ਇਹ ਅੰਦਰ ਵੀ ਸੀ ਸਾਇਦ ਰਹੇ ਤਾਂ ਕੀ ਕਰੋ ਮਕਾਨ ਨਹੀਂ ਆਉਂਦਾ ਤਾਂ ਆਇਆ ਆਇਆ ਮੂੰਹ ਪੈੜੀ ਹੋਈ ਵੀ ਹੈ ਅਤੇ ਡਿਜ਼ਾਇਨ ਸਨ ਪੁਰਾਣੇ ਸੁਰਾਣੇ ਪਏ ਵੇ ਇਹ ਦੋ ਪੁਰਾਣੇ ਮਕਾਨ ਹੈ ਇੱਕ ਭਰਾਓ ਨੇ ਇਹ ਮਕਾਨ ਹੈ ਅਤੇ ਇੱਕ ਭਰਾਓ ਨੇ ਦੂਜੇ ਪਾਸੇ ਮਕਾਨ ਹੈ ਵਾਇਰਿੰਗ ਸ਼ਾਇਰਿੰਗ ਹਰ ਚੀਜ਼ ਖਤਮ ਹੋਈ ਗਈ ਹੈ ਤੁਹਾਨੂੰ ਜੁੜੇ ਹਾਂ ਬਾਹਰ ਸਾਰਾ ਇਤਿਹਾਸ ਵੀ ਸਦਰ ਆ ਤਾਂ ਨਾਲੋ ਨਾਲ ਤੁਸੀਂ ਕੀ ਇੱਥੋਂ ਹੀ ਦੱਸੀ ਹੁੰਦੇ ਹੋ ਇਹ ਹੁਣ ਪਤਾ ਨਹੀਂ ਕਿਚਨ ਨਾ ਲੱਗਣੀ ਮਿਕੀ ਗੰਦ ਇਤਨਾ ਪਿਆ ਵਾ ਅੱਗੇ ਜਮੀਨ ਅੱਗੇ ਨਹੀਂ ਕਰੇ ਖੈਨ ਦਾ ਲੱਕੜੀਆਂ ਲੱਕੜੀਆਂ ਪਈਆਂ ਵਾ ਹੋਰ ਕੱਖ ਵੀ ਨਹੀਂ ਇਹ ਵੀ ਅੰਦਰ ਹੀ ਸਮਾਨ ਵਾਲੀ ਕੋਠੀ ਹੈ ਤਾਂ ਨਾਲੋ ਨਾਲ ਨੂੰ ਤੁਸੀਂ ਕੀ ਦੱਸੀ ਹੁੰਦੇ ਹਾਂ ਇਹ ਸਾਈਡ ਵੀ ਇਤਨੇ ਲਾ ਇਹ ਕੋਠੀ ਨੇ ਪੈਣਾ ਪਰੋ ਅੱਗੀ ਵਾਲੇ ਇਸਨੇ ਇਤਨੇ ਹਾਲਾਤ ਖਰਾਬ ਦੇ ਸੋਚ ਹੀ ਨਾ ਸਕਣੇ ਉਹ ਤਾਂ ਕੋਲ ਕੰਧਾਂ ਨੇ ਹਾਲਾਤ ਬੂਟੇ ਛੂਟੇ ਬਾਹਰੀ ਸਾਰ ਤੋਂ ਮੋਲੇ ਵੇ ਜੜ੍ਹਾਂ ਅੰਦਰ ਨਜ਼ਰ ਰੱਛਣੀਆਂ ਬਾਲੇ ਉੱਪਰੋਂ ਕਰੈਕ ਹੋਏ ਵੇ ਸਾਹਮਣੇ ਸਾਰੀਆਂ ਨਜ਼ਰ ਰੱਛਣੀਆਂ ਮੀਆਂ ਅੰਦਰ ਮੀਆਂ ਸੂਰਤ ਹਾਲ ਹੈ ਇਹ ਲੱਗਣੀ ਟੈਂਕੀ ਜੀ ਆ ਕੋਈ ਬਣਤੀ ਵੀ ਇਸਨੀ ਹਾਲਤ ਖਰਾਬ ਹੈ ਅਤੇ ਇਹ ਨਾਲ ਗਲੀਜ ਹੈ ਇਹ ਸਾਹਮਣੇ ਇੱਥੇ ਵੀ ਬੂਟੇ ਛੂਟੇ ਮੋਲੇ ਤਾਂ ਬੇੜੇ ਨੇ ਹਾਲਾਤ ਚੈੱਕ ਕਰੀ ਗਣੋ ਅੰਦਾਜ਼ਾ ਆਪਾਂ ਕਿ ਇੱਥੋਂ ਹੀ ਲੱਗੀ ਜਾ ਸੀ ਕਿ ਕਿਤਨੇ ਪੁਰਾਣੇ ਮਕਾਨ ਇਤਨੇ ਵੀ ਬੂ ਪੁਰਾਣੇ ਕੋਈ ਡਿਜ਼ਾਇਨ ਸਹਿਨ ਪਤਾ ਲੱਗਣਾ ਬਏ ਪੁਰਾਣੇ ਮਕਾਨ ਨੇ ਸਭ ਅਤੇ ਦੂਆ ਨੰਬਰ ਜਿਹੜੇ ਰਹਿਣਾ ਫਰਕ ਸੀ ਉਹ ਯੂਕੇ ਵਾਲੇ ਨਹੀਂ ਮੁੜੇ ਇਹ ਇੱਕ ਭਰਾਓ ਨੇ ਇਹ ਮਕਾਨ ਨੇ ਤਾਂ ਦੂਸਰੇ ਭਰਾਓ ਨੇ ਉੱਪਰ ਆਏ ਉੱਧਰ ਵੀ ਜੁਲੇ ਹਾਂ ਤਾਂ ਤਣਾ ਤਾਂ ਭਰਾਓ ਇੰਨਾ ਹੀ ਤੱਕੀ ਤਾਂ ਰਜੀ ਜਾਣਾ ਬੰਦਾ ਤਾਂ ਉੱਧਰ ਜੁਲਣਾ ਪਏ ਸੀ ਚਲੋ ਸੰਗੀ ਦੱਸੀ ਉਹਨੇ ਨਾਲੋ ਨਾਲ ਹਾਲਾਤ ਵਾਕਿਆ ਬੜੇ ਖਰਾਬ ਹੈ ਕਾਹ ਇਤਨਾ ਮੋਲਿਆ ਵਾ ਅੰਦਰ ਪਤਾ ਨਹੀਂ ਕੌਣ ਬਾਹਣਾ ਪਿਆ ਪੋ ਪਤਾ ਹੀ ਕੀ ਕੋਣੀ ਕਿਆ ਹਿਸਾਬ ਕਿਤਾਬ ਹੈ ਜ਼ਹਿਰੀ ਗੱਲ ਹੈ ਮਸਲਾ ਮਸੈਲਾ ਹੋਇਆ ਤੁਸੀਂ ਪੁੱਛੋ ਤਾਂ ਆਉਣਾ ਹੀ ਹੈ ਨਾ ਅਤੇ ਹੁਣ ਇਹ ਹੈ ਪਤਾ ਇੱਕ ਦਵਾ ਫੁੱਲ ਲੋਕੇਸ਼ਨ ਚੈੱਕ ਕਰੋ ਇਹ ਸਮਾਣ ਵਾਲੀ ਕੋਠੀ ਇਹ ਸੂਫਾ ਅੰਦਰੇ ਪਾਸਾ ਵੀ ਕੋਠੀ ਹੈ ਅਤੇ ਇੱਕ ਇਹ ਨਾਲ ਹੈ ਬੈਡ ਟੱਕਾ ਮਕਾਨ ਦਾ ਪੂਰਾ ਸੈੱਟ ਬਣਤੇ ਆ ਸੀ
ਰਹਿਣੀ ਸੀ ਕਮੀ ਬਰਾਂਡਿਆਂ ਨੇ ਜੇ ਯੂਕੇ ਲੈ ਚਨੇ ਤਾਂ ਬਰਾਂਡੇ ਛਾਂਡੇ ਬਾਈਕ ਉਹਨਾਂ ਨਾਲ ਤਾਂ ਆਰਾਮ ਸਕੂਨ ਨਾਲ ਰਹਿਣਾ। ਤਾਂ ਇਹ ਥੱਲੀ ਸੀ ਨੇ, ਇਹ ਥੱਲੀ ਚੱਲੀ ਆ। ਤਾਂ ਇਸ ਤੋਂ ਬੁਨ ਇਹ ਨਾਲ ਗਾਰਾ ਸ਼ਾਰਾ ਲੱਗਣਾ ਹੋਇਆ ਉਸੀ, ਪੁਰਾਣੀਆਂ ਮਈਆਂ ਲਾਣੀਆਂ ਹੋਈਆਂ ਉਹ ਸਨ। ਅਤੇ ਅਜੇ ਤੂੰ ਨੇ ਹੋਰ ਪਾਰਟੀਆਂ ਗਈਆਂ ਨਾ ਯੂਕੇ, ਫਿਰ ਮੁਸ਼ਕਲ ਹੀ ਹੋਈ ਆ ਕੰਮ ਸਾਰਾ। ਆਣਾ ਭਰਾ ਹੁਣ ਜੁਲਿਆ ਤੁਸਾਂ ਕੀ ਪਰਲਾ ਏਰੀਆ ਦੱਸੀ ਸੁਣਿਆ, ਉਸਨੀ ਵੀ ਕੰਡੀਸ਼ਨ ਹੀ ਆਈ ਹੈ। ਅਤੇ ਲੱਗਣਾ ਵਿਛੂ ਡਰ ਹੀ ਹੈ, ਉੱਡੰਗ ਡਰ ਹੀ ਨਾ ਪੱਟੀ ਦਿਖਾਈ ਹੈ, ਲੱਤ ਵਾਕਿਆਤੀ ਹੈ ਜੀ। ਹੁਣ ਇੱਧਰ ਛੋੜੀ ਤਾਂ ਹੁਣ ਜੁਲਿਆ ਉਸ ਪਰਲੇ ਏਰੀਏ 'ਚ, ਉੱਥਾਂ ਵੀ ਤੱਕਣੇ ਕਿਆ ਮਾਮਲਾ ਆ। ਹਾਲਾਤ ਵਾ ਕਿਆ ਤਾਂ ਬੂਹ ਖਰਾਬ ਹੈ, ਇਹਨਾਂ ਨੇ ਵੀ ਇਹ ਹਾਲਾਤ ਲੱਗਣੇ। ਇੱਥੋਂ ਜੁਲੇ ਹਾਂ, ਵਿਹੜੇ ਬੂਟੇ ਛੂਟੇ ਤਾਂ ਲੱਗੇ ਸਨ, ਵਿਹੜੇ ਇਕੱਲੇ ਵਾਸਤੇ ਪੁਰਾਣੇ ਬੂਟੇ, ਤਾਂ ਤੂਤ ਵੀ ਪੁਰਾਣਾ ਹੀ ਲੱਗਣਾ ਕੀ ਆ। ਤਾਂ ਤੂਤਾ ਨਹੀਂ ਮਨਿਆਦ ਖਤਮ ਹੋਣੀ, ਉਸ ਲੈ ਬਦਲਾਂ ਹੀ ਕੱਟ ਹੋਈ ਜਾਣਾ ਆ। ਮਾਲ ਬੱਚੇ ਅੰਦਰ ਬਣਨੇ ਦੇ ਤਬਾਹੀ ਨਿਕਲੀ ਮਕਾਨਾਂ ਨੇ। ਅਤੇ ਚਲੋ ਆਨੰਦਪੁਰੋ ਕੀ ਹੋਣੇ ਵੀ ਤਾਂ ਇੱਥੋਂ ਕਿਆ ਖੋਲਾਂ, ਇੱਥੋਂ ਹੀ ਤੁਸਾਂ ਕੀ ਦੱਸੀ ਹੁੰਦੀ ਆ। ਦਰਵਾਜ਼ੀ ਪਹਿਲਾਂ ਦਰਵਾਜ਼ੇ ਨੇ ਹਾਲਾਤ ਵਾ ਕਿਆ ਚੱਕਰ ਹੁਣ, ਦਰਵਾਜ਼ੇ ਨੇ ਹਾਲਾਤ ਵਾ ਕਿਆ ਹੈ। ਬਿੱਲੀ ਆਈ ਗਈ ਪਤਾ ਨਹੀਂ ਕਿਹੜੀ ਨਾ ਬਿੱਲੀ, ਉਹ ਮੈਂ ਕੀ ਤੱਕ ਹੀ ਡਰਨੀ, ਮੈਂ ਉਸ ਕੀ ਤੱਕ ਹੀ ਡਰਨਾ ਮੈਂ। ਇਹ ਅੰਦਰ ਨਹੀਂ ਸੂਰਤ ਤਿਆਰ ਨੇ ਦਰਵਾਜ਼ੇ 'ਚ, ਮੈਂ ਸੁਣਦਾ ਸੁਣਾਉਂਦਾ ਮੰਤਰ ਮੁੜੀ ਵੀ ਫਿਰਨੇ ਦੀ ਕਹਿਤਾ ਲੱਗੀਆਂ ਉਸ ਅੰਦਰ। ਇਹ ਤੱਕ ਸੂਰਤ ਤਿਆਰ ਨੇ, ਇਹ ਬੰਦੀ ਸੀ ਕਿਚਨ 'ਚ, ਉਹ ਭੱਜੀ ਗਈ ਨੇ ਸਾਰੀ ਪੂਰੀ ਭੱਜੀ, ਤਾਂ ਬੁੰਟੇ ਵੀ ਅੰਗੀਠੀ। ਅਤੇ ਇੱਧਰ ਆਪਾਂ ਮਨੀਆਂ ਛਨੀਆਂ ਪਈਆਂ ਵਾ, ਹਾਲਤ ਇਸਨੀ ਮੂੰਹ ਪੈੜੀ ਹੈ। ਤਾਂ ਨਾਲੋ ਨਾਲੋ ਚਲੋ ਇਹ ਜ਼ਰਾ ਇੱਧਰ ਤੱਕ ਹੀ ਕਰਾਉਣਾ। ਯੂਕੇ ਤੂੰ ਆਏ ਨਾ, ਇੰਨਾ ਕੀ ਬਾਰੀਆਂ ਨੇ, ਨਹੀਂ ਲੋੜ ਕੋਈ ਕਿਵੇਂ ਕਾਰ ਸਰੂਟ ਮੋਲਿਆ ਵਾ। ਇੱਧਰ ਅੱਪਰ ਤੋਂ ਕੋਲ ਅੱਪਰ ਦੀ ਹਾਲਤ ਹੈ, ਓਏ ਓਏ ਕਮਰੇ ਨੇ ਅੱਪਰ ਮੋਲਿਆ ਵਾ ਕਿਆ ਚੀਜ਼ ਬੂਟਾ। ਤਾਂ ਇਹ ਵੀ ਨਾਲ ਹੀ ਸਹੀ ਤਰੀਕੇ ਨਾਲ ਇੱਧਰ ਬੂਟਾ ਸ਼ਟਾ ਮੋਲਿਆ ਵਾ। ਇੱਥੋਂ ਥੋੜ੍ਹਾ ਜਿਹਾ ਕਿਆ ਤੁਰਨੇ ਆ ਤੱਕਣੇ ਆ ਕਿਆ ਮਾਮਲਾ ਆ। ਅਤੇ ਅੰਦਰ ਇਹ ਅੰਦਰ ਵੀ ਜਿਸ ਨੇ ਅੰਡਰ ਆਉਣਾ ਲਾਤ ਵਾ ਕਿਆ, ਤਿਸ ਨੇ ਵੀ ਪਾਉਣੀ। ਮੈਂ ਤਾਂ ਕਹਿੰਦਾ ਉਹ ਉੱਪਰ ਛੱਤਾਂ ਤੱਕ ਪੋ ਹੈ ਲਗਾ ਵਾ, ਦਰਵਾਜ਼ੇ ਨੇ ਹਾਲਾਤ ਨੇ। ਮਾਮਲਾ ਬੜਾ ਸੰਗੀਨ ਹੋਇਆ, ਅਤੇ ਪੂਰੀ ਲੜੀ ਇਹ ਆ ਥੋੜੀਆਂ ਸੰਗੀਤ ਦਵਾ ਦੱਸੀ ਜਾਂਦੇ ਹਾਂ। ਉਹ ਪੌੜੀਆਂ ਜਿਹੀਆਂ ਆਈਆਂ ਕਿਆ, ਤਾਂ ਨਾਲੋ ਨਾਲ ਇਹ ਇੱਥੇ ਅੰਦਰ ਵੀ ਪੋ ਹੀ ਪਿਆ ਵਾ, ਪੋਆ ਨੇ ਤਰੋੜੇ ਪਏ, ਉਹ ਵੀ ਖਤਮ ਹੋਏ ਹੋਏ, ਖਾਲੀ ਹੋਏ ਹੋਏ ਪੇ, ਭਰਿਆ ਕੋਈ ਖਾਲੀ ਹੈ। ਇਹ ਉੱਪਰ ਨਹੀਂ ਸੂਰਤ ਹਾਲ ਤੱਕ ਦਰਵਾਜ਼ਿਆਂ 'ਚੋਂ ਮੁੱਲੇ ਹੋਏ ਸਰੂਟ ਸ਼ਰੂਟ। ਹੁਣ ਇੱਥੋਂ ਵੀ ਚੁੱਲੇ ਹਾਂ, ਇੱਧਰ ਵੀ ਇੱਧਰੋਂ ਹੀ ਕਿਆ ਦੱਸਾਂ, ਇਹ ਪੌੜੀਆਂ ਨੇ ਹਾਲਾਤ ਇਹ ਤਾਂ ਕਿ ਨਹੀਂ ਪੌੜੀਆਂ ਨੇ ਹਾਲਾਤ
ਇਹ ਪੌੜੀਆਂ ਦੀ ਹਾਲਤ ਨੇ ਪਹਿਲਾਂ ਤਾਂ ਇਹ ਬੁਨਾਈ ਸਾਹਿਬ ਕਿਹਾ ਨੇ ਪੌੜੀਆਂ ਭਰਾਏ ਰਹਿਣਾ ਸੀ ਉਹ ਵੀ ਐਂਡੀ ਲੱਗੇ ਆ ਮਾਮਲਾ ਬਹੁਤ ਖਰਾਬ ਹੈ ਇੱਥੇ ਅੰਦਰ ਵੀ ਕੋਈ ਇਹ ਲੱਗਣੀ ਨਹੀਂ ਅੰਦਰ ਮਾਰਿਆ ਕੈਮਰਾ ਕੁਛ ਨਜ਼ਰ ਨਹੀਂ ਇੱਛਣਾ ਪਿਆ ਕਿਵੇਂ ਅੱਗੇ ਜਾਲੀ ਆ ਜਾਲੀ ਨਹੀਂ ਵਜਾ ਤੂੰ ਨਹੀਂ ਇੱਛਣਾ ਪਿਆ ਉੱਪਰ ਦਰਵਾਜ਼ਾ ਆਇਆ ਮੈਂ ਖੁੱਲਾਉਣਾ ਚਾਹੁੰਦਾ ਇੱਥੋਂ ਹੀ ਤੁਸੀਂ ਰਫਲੀ ਦੱਸੀ ਹੋਣਾ ਆ ਖੱਟਾਂ ਪਈਆਂ ਨੇ ਭੱਜੀਆਂ ਤਰੁੱਟੀਆਂ ਵਾ ਪਾਵੇ ਛਾਵੇ ਖਾਧੇ ਵੀ ਕੋਈ ਅੱਪਰ ਖੰਦਲੀਆਂ ਪਈਆਂ ਸਨ ਉਹ ਵੀ ਸਮਝ ਗਏ ਸੀ ਖੂਹ ਖਾਈ ਹੋਈਆਂ ਨਾਲ ਇੱਧਰ ਪਏ ਵੀ ਨੇ ਕਿਆ ਚੀਜ਼ ਦਾ ਸੰਦੂਕ ਉੱਪਰ ਕੁਝ ਰਫਲੀ ਭਾਂਡੇ ਪਏ ਵੇ ਤਾਂ ਇੱਕ ਅੱਧ ਕੂਲਰ ਜਿਹਾ ਪਿਆ ਵਾ ਤਾਂ ਕੋਈ ਕੜੇ ਚੰਦ ਪਏ ਵੇ ਤਾਂ ਲਾਤ ਵਾ ਕੇ ਅਲਬਮ ਖਰਾਬ ਹੈ ਇਸਨੇ ਤਾਂ ਹੁਣ ਜੇ ਯੂਕੇ ਲੈਛਣੇ ਹੋਣੇ ਤਾਂ ਇਹ ਜੇ ਲਾਤ ਤੰਨਣ ਮੈਂ ਨਾਲ ਇਹ ਜੇ ਲਾਤ ਆਉਣ ਇਹ ਜੇ ਲਾਤ ਵਾ ਕਿਆ ਤੋਂ ਇਹ ਚੀਜ਼ ਨਹੀਂ ਆਉਣੀ ਇਹ ਤੂਤ ਸੀ ਬੜਾ ਪੁਰਾਣਾ ਇੰਨਾ ਕੁੰਡਣ ਮੈਂ ਇੰਨਾ ਸਿਸਟਮ ਹੈ ਨਾ ਕਿ ਤੂਤਾਂ ਨਹੀਂ ਮਨਿਆਦ ਖਤਮ ਹੋ ਜਾਣੀ ਹੈ ਯਾਰ ਬੂਟੇ ਨਹੀਂ ਮਨਿਆਦ ਖਤਮ ਹੋ ਜਾਣੀ ਹੈ ਤਾਂ ਨਾਲੋ ਨਾਲ ਭੈਣਾ ਭਰਾਓ ਹੁਣ ਤੁਸਾਂ ਕੀ ਕੀਤਾ ਵਾ ਫਿਰ ਦੱਸੀ ਹੁੰਦੀਆਂ ਇਹ ਥੱਲੀ ਬੱਜੀ ਵੀ ਇਹ ਸਾਰੀ ਉਹ ਤੋੜ ਜੀਆਂ ਬੱਜੀ ਵੀ ਦੋ ਪੁਰਾਣੇ ਮਕਾਨੇ ਇੱਕ ਭਰਾਉਣੇ ਮਕਾਨੇ ਦੂਏ ਭਰਾਉਣੇ ਉਹ ਪਰ ਆ ਮਕਾਨੇ ਜਿਹੜੇ ਮੈਂ ਸੌਂਕੀ ਦੱਸੀਆਂ ਇਸ ਬੂਟੇ ਤੋਂ ਭਰ ਆਈ ਹੈ ਅਤੇ ਲਾਤ ਵਾ ਕਿਆ ਤਿੰਨਾਂ ਨੇ ਵੀ ਕੋਣੀ ਤਾਂ ਲਾਤ ਵਾ ਕਿਆ ਤਾਂ ਉਹਨਾਂ ਨੇ ਵੀ ਕੋਣੀ ਹੈ ਰਹਿਣੇ ਨੇ ਕਾਬਲ ਤਾਂ ਇਹ ਨਾਲ ਪਤਾ ਨਹੀਂ ਗੁਸਲਖਾਨਾ ਬੰਦਾ ਹੋਇਆ ਇਸਨੇ ਜੀ ਬੂਟਾ ਮੋਲਿਆ ਵਾ ਉਹ ਤਾਂ ਕਹਿੰਦੇ ਨੂੰ ਕਿੱਥੇ ਗਿਆ ਉੱਥੇ ਬੇੜੇ ਨਹੀਂ ਬਕਾਇਆ ਉਹ ਬੜੇ ਦੂਰ ਤੱਕ ਤਰੇ ਚਾਰ ਕਨਾਲੀ ਜਗ੍ਹਾ ਆ ਤੂੰ ਜ਼ਿਆਦਾ ਹੀ ਆ ਕੱਟ ਨਹੀਂ ਆ ਪਰ ਹਾਲਾਤ ਹੀ ਆ ਜੇ ਕਿ ਮਸਲਾ ਬਹੁਤ ਖਰਾਬ ਹੈ ਇਹਨਾਂ ਨੇ ਵੱਲ ਦਾ ਰੋਈ ਸਕਣਾ ਇਹਨਾਂ ਨੇ ਬਜ਼ੁਰਗ ਇੱਥੇ ਰਹੇ ਹੋਏ ਸਨ ਬੇਹੋ ਸਨ ਬੱਸੇ ਹੋ ਸਨ ਵੇਲੀਆਂ ਗਹਿਮਾ ਗਹਿਮਾ ਕਰਨੀਆਂ ਸਨ ਅਤੇ ਉਸ ਤੋਂ ਬਾਅਦ ਜਦੋਂ ਫਿਰ ਇਹ ਗਏ ਦੋਏ ਭਰਾ ਉੱਥੇ ਯੂਕੇ ਮੁੜੀ ਉਸ ਤੋਂ ਬਾਅਦ ਇਹ ਫਿਰ ਨਹੀਂ ਵਾਪਸ ਆਏ ਨਾ ਇਹ ਬਾਵਾ ਔਰ ਆਏ ਤਾਂ ਨਾ ਉਹ ਪਰਲੇ ਬਾਵਾ ਔਰ ਆਏ ਅਤੇ ਦੋਵੇਂ ਹਾਲਾਤ ਹੀ ਅਜੇ ਲੱਗਣੇ ਪਏ ਸੰਦਰਾ ਇਹਦੇ ਕੱਖ ਰਹਿਣਾ ਵੀ ਨਹੀਂ ਮਿਸ਼ਕ ਹੈ ਅਤੇ ਇਸਨੇ ਪੈਣਾ ਵੀ ਨਹੀਂ ਪਾਊ ਕਿ ਅਜੇ ਅਪਰੂ ਚੋਣਾ ਪਿਆ ਅਤੇ ਜਿਹੜਾ ਉੱਪਰਲਾ ਕੋਨੇ ਲਾਇਆ ਉਸ ਨਾਲ ਦਰਵਾਜ਼ਾ ਭੱਜਿਆ ਵਾ ਪਰ ਅਪਰੂ ਮਿਸ਼ਕ ਹੈ ਚੋਣਾ ਕੋਣੀ ਹੈ ਤਾਂ ਹੀ ਪੋ ਰੱਖਿਆ ਉਹਨੇ ਅਤੇ ਇਸਨੇ ਜੀ ਇਹ ਹਾਲਾਤ ਏ ਤਾਂ ਉੱਪਰ ਜਿਹੜੇ ਮਕਾਨ ਹੈ ਨਾ ਉਸਨੇ ਜੀ ਵੀ ਇਹ ਹਾਲਾਤ ਏ ਦੋ ਕਮਰਿਆਂ 'ਚ ਇੱਕ ਸੂਫੇ 'ਚ ਇੱਕ ਕੋਠੀ ਵਿੱਚ ਇਸੇ ਤਰੀਕੇ ਨਾਲ ਪੋਸ਼ ਉਹ ਪਿਆ ਹੋਣਾ ਆ ਅਤੇ ਜਿਸ ਤਰੀਕੇ ਨੇ ਇਹ ਇੱਧਰ ਬਣਤੇ ਵੇ ਇਸੇ ਤਰੀਕੇ ਨੇ ਉਹ ਉੱਧਰ ਵੀ ਬਣਤੇ ਸਿਰਫ ਉਹਨਾਂ ਇੱਕ ਇਜ਼ਾਫਾ ਕਿਆ ਕੀਤਾ ਆ ਕਿ ਇੱਕ ਨਾਲ ਕਿਚਨ ਬਣਾਈ ਉੜੀ ਨੇ ਪਰ ਆ ਇਜ਼ਾਫੀ ਅਤੇ ਇਸੇ ਤਰੀਕੇ ਇਹਨਾਂ ਨੇ ਬਣਤੀ ਵੀ ਆਏ ਤਾਂ ਇਜ਼ਾਫੀ ਸਮਝੀ ਗਏ ਭੈਣਾਂ ਪਰਾ ਅਤੇ ਭੈਣਾਂ ਪਰਾ ਅਗਰ ਅੱਛੇ ਨੇ ਤਾਂ ਮਕਾਨ ਸਵਾਰੀ ਰੱਖਣੇ ਤਾਂ ਬੂਹ ਹੋਇਆ ਤਾਂ ਬਰਾਂਡਾ ਬਾਈ ਕਿੰਨੇ ਸਨ ਅਤੇ ਨਿਜ਼ਾਮ ਚੱਲਣਾ ਰਹਿ ਮਾਸ਼ਾਅੱਲਾ ਬੜਾ ਬਿਹਤਰੀਨ ਨਿਜ਼ਾਮ ਚੱਲਣਾ ਰਹਿ ਅਤੇ ਇੱਧਰ ਇਹਨਾਂ ਨੇ ਵੀ ਚੱਲਣਾ ਰਹਿ ਪਰ ਦੂਏ ਭਾਈ ਹੋਰਾਂ ਨੂੰ ਵੀ ਚੱਲਣਾ ਰਹਿ ਉਹਨਾਂ ਨੇ ਜਿਹੜੇ ਦੂਏ ਭਰਾ ਆਏ ਦੋ ਭਰਾ ਨਾਲ ਚੱਲਣਾ ਰਹਿ ਨਿਜ਼ਾਮ ਤਾਂ ਇਹ ਵੇਲੀ ਵੀ ਆਬਾਦ ਰਹਿ ਅਤੇ ਹੋਰ ਨਹੀਂ ਅਗਰ ਕਿਸੇ ਕੀ ਦੇਹੀ ਵੀ ਜਾਣੇ ਨਾ ਸਾਂਭਣੇ ਵਾਸਤਰ ਕਿ ਤੁਸੀਂ ਰੋ ਅਤੇ ਸਾਂਭੋ ਅਤੇ ਸਿਸਟਮ ਆਪਣਾ ਕਰੋ ਹੈ ਅਤੇ ਫਿਰ ਤਾਂ ਫਿਰ ਵੀ ਮਾਮਲਾ ਠੀਕ ਸੀ ਹੈ ਅਤੇ ਭੈਣਾਂ ਭਰਾਓ ਹੁਣ ਜੁਲੇ ਹਾਂ ਅਤੇ ਚੈਨਲ ਕੀ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਆ ਨਾਲ ਟੱਲੀ ਜ਼ਰੂਰ ਮਾੜੇ ਹਾਲਾਤ ਵਕਿਆਤ ਇਹਨਾਂ ਦੋ ਮਕਾਨਾਂ ਨੇ ਬੂਹ ਭੈੜੇ ਅਤੇ ਨਾ ਯੂਕੇ ਲਿਆਏ ਅਤੇ ਨਾ ਕੁਝ ਨਾ ਮਾਮਲਾ ਤਾਂ ਨਾ ਉਹਨਾਂ ਕੋਈ ਬੰਦਾ ਵਸਾਇਆ ਆ ਇੱਥੇ ਜਿਹੜਾ ਚਲੋ ਖਾਣਾ ਨਹੀਂ ਹਿਫਾਜ਼ਤ ਵੀ ਕਰੀ ਉੜਾਇਆ ਬੇੜੇ ਛੇੜੀ ਨੇ ਸਫਾਈ ਸਫਾਈ ਵੀ ਕਰੀ ਉੜਾਇਆ ਨਾ ਉਹਨਾਂ ਵਸਾਇਆ ਤਾਂ ਨਾ ਹੀ ਨਾ ਵਸਾਇਆ ਅਤੇ ਹਾਲਾਤ ਵਕਿਆਤ ਸੋਚਿਆ ਕਰੀ ਕੋਲੋਂ ਨਾ ਵਸਾਉਣੇ ਨਾਲ
ਕਿਆ ਮਾਮਲਾ ਹੋਈ ਕਿਆ ਆ। ਅਗਰ ਕੁਛ ਹੋਰ ਭੈਣ ਬਰੋਕੀ ਵੀ ਦੇਈ ਜਾਣੇ ਤਾਂ ਤੁਸੀਂ ਸਾਮੀ ਰੱਖੋ ਵਾ ਤਾਂ ਫਿਰ ਵੀ ਤਾਂ ਲੈ ਸੀ ਹੈ ਤਾਂ ਉਹਨਾਂ ਨੂੰ ਇੱਥੇ ਅੰਦਰ ਪੋਸ਼ ਹੋ ਪਿਆ ਵਾ ਤਾਂ ਇੱਕਿਆ ਕਮਰੇ 'ਚ ਹੀ ਕਿਸ ਕਮਰੇ ਸਮਾਨ ਆ ਤਾਂ ਉਹਨਾਂ ਨੂੰ ਪਾਰਿਆਂ ਦਾ ਸਮਾਨ ਮੇਰੀ ਸਿਆਹੀ ਕੋਈ ਨਹੀਂ ਹੋਈ ਸਕਣਾ ਬੁਨੀ ਕੋਈ ਐਂਡ ਵਾਲੀ ਕੋਠੀ 'ਚ ਸੀ ਪਰ ਪਤਾ ਨਹੀਂ ਮਾ ਕੋਣੀ ਹੈ ਮੈਂ।